एक अंदर सब तो वड्डा क्रिमिनल बैठा है राजुआणा। मजीठिया साहब सब तो वध जिहड़े सब तो वड्डा जिन्हां ते केस ड्रग्स का चलता, जिहड़े आप 6 महीने जेल च रहे ने उस जेल च, ते एक ड्रग तस्कर नूं एक मौत दे सौदागर नूं किवें मिलण दे देण। ਇਹ ਕੀ ਪਤਾ ਅੰਦਰ ਕੋਈ ਜੇਲ੍ਹ ਬਣਾ ਅੜਾਉਣ ਦੀ ਗੱਲ ਸਕੀਮ ਬਣਾ ਲੈਣ, ਜੇਲ੍ਹ ਸੁਰੰਗ ਬਣਾਉਣ ਦੀ ਗੱਲ ਕਰ ਲੈਣ, ਕੋਈ ਡਰੱਗ ਵੇਚਣ ਦੀ ਕੋਈ ਸਕੀਮ ਬਣਾ ਲੈਣ। ਇਹ ਖਤਰਨਾਕ ਬੰਦਿਆਂ ਨੂੰ ਇੱਕ ਖਤਰਨਾਕ ਬੰਦੇ ਨਾਲ ਮਿੰਡ ਨਹੀਂ ਦਿੱਤਾ ਜਾ ਸਕਦਾ। ਇੱਕ ਕ੍ਰਿਮੀਨਲ ਬੰਦੇ ਤੋਂ ਜਿਹੜਾ ਆ ਕੇ ਬਾਹਰ ਲੋਕਾਂ ਨੂੰ ਖਤਰਾ ਆਏ, ਦੂਜੀ ਗੱਲ ਉਹਦੀ ਫਾਂਸੀ ਇਹਨਾਂ ਨੇ ਧੱਕੇ ਨਾਲ ਰਕਾ ਕੇ ਰੱਖੀ। ਇੱਕ ਬਜ਼ੁਰਗ ਉਹ ਸਾਡੇ ਇਲਾਕੇ ਦਾ, ਉਹ ਪਤਾ ਨਹੀਂ 10 ਸਾਲ 12 ਸਾਲ ਉਹ DMC 'ਚ ਹੋਸਪਿਟਲ 'ਚ ਪਏ ਰਹੇ ਬੰਦੀ ਸਿੱਖਾਂ ਨੂੰ ਛੁਡਾਉਣ ਲਈ। ਉਹਨਾਂ ਦਾ ਬਿੱਲ ਬਣ ਗਿਆ 1 ਕਰੋੜ ਰੁਪਈਆ, ਆਰਾਮ ਨਾਲ ਪੈ ਜਾਂਦੇ ਸੀ ਵੀ ਮੈਂ ਭੁੱਖ ਹੜਤਾਲਦੇ ਹਾਂ, ਉੱਧਰ ਗਲੂਕੋਸ ਲਾ ਦਿੰਦੇ ਸੀ। ਉਹ ਚੇਲੇ ਦੇਸੀ ਘਿਓ ਦੀ ਮਾਲਿਸ਼ ਪਿੰਨੀਆਂ 'ਤੇ ਕਰੀ ਜਾਂਦੇ ਸੀ, ਡੌਲਿਆਂ 'ਤੇ ਕਰੀ ਜਾਂਦੇ ਸੀ, ਪਿੰਨੀਆਂ ਥੱਲੇ ਥੇਲੀਆਂ 'ਤੇ ਹੱਥਾਂ 'ਤੇ ਜਾਂ ਪੈਰਾਂ 'ਤੇ ਕਰੀ ਜਾਂਦੇ ਸੀ, ਉਹਦੇ ਨਾਲ ਦੇਸੀ ਘਿਓ ਨਾਲ ਹੋਰ ਤਾਕਤ ਮਿਲਦੀ ਸੀ। ਤੁਸੀਂ TV 'ਚ ਆਉਣ ਲਈ, ਰੋਜ਼ ਮੀਡੀਆ ਦੇ ਵਿੱਚ ਆਉਣ ਲਈ ਇਹ ਤਮਾਸ਼ਾ ਤੁਸੀਂ ਰੋਜ਼ ਕਰਦੇ ਹੋ। ਤੁਸੀਂ ਮੁੱਖ ਮੰਤਰੀ ਵੀ, ਤੁਸੀਂ ਕੇਂਦਰ 'ਚ ਵੀ, ਤੁਹਾਡੀ ਤੁਸੀਂ ਮੰਤਰੀ, ਤੁਸੀਂ ਕਿਉਂ ਨਾ ਉਦੋਂ ਸਾਈਨ ਕੀਤੇ ਜਦੋਂ ਤੁਹਾਡੇ ਸਾਈਨਾਂ ਦਾ ਸਭ ਕੁਝ ਹੁੰਦਾ ਸੀ। ਇਹ ਤਾਂ 10 ਨੰਬਰ ਹੀ ਇਹ ਆ, ਇਹਨਾਂ ਨੂੰ ਥਾਣੇ 'ਚ ਇਜਾਜ਼ਤ ਲੈਣੀ ਪੈਂਦੀ ਆ, ਕਿਤੇ ਬਾਹਰ ਜਾਣ ਲਈ ਵੀ ਪਾਸਪੋਰਟ। श्रीमणी अकाली दल के एक डेलीगेशन को राजवाना से मुलाकात करनी थी, मगर जेल सुपरिटेंडेंट ने मुलाकात को मंजूरी नहीं दी। इसके बाद आरोप और प्रत्यारोप की राजनीति शुरू हो गई है। आइए बात करते हैं, हमारे साथ इस मुद्दे पर बातचीत करने के लिए सांसद रवनीत बिट्टू जी मौजूद हैं। सर, किस तरीके से देखते हैं, मजीठिया साहब आरोप लगा रहे हैं कि मुलाकात करने के लिए वो लोग पहुंचे मगर जेल सुपरिटेंडेंट ने इजाजत नहीं दी। पहली गल मैनू ये दसो, जेड़ा ਇਹ ਗੱਲ ਕਰ ਰਹੇ ਨੇ ਮਜੀਠੀਆ ਸਾਹਿਬ ਜਾਂ ਅਕਾਲੀ ਦਲ ਜਾਂ ਜਿਹੜੇ SGPC ਦੇ ਪ੍ਰਧਾਨ ਨੇ, ਕੀ ਨਾਂ ਉਹਨਾਂ ਦਾ, ਧਾਮੀ ਸਾਹਿਬ, ਉਹ ਆਪਣੀ ਗੱਲ ਨਹੀਂ ਦੱਸ ਰਹੇ। ਤੁਸੀਂ ਇਹ ਗੱਲ ਮੇਰੀ ਜ਼ਰੂਰ ਆਪਣੇ ਚੈਨਲ ਰਾਹੀਂ ਲੋਕਾਂ ਤੱਕ ਪਹੁੰਚਾਓ। ਰਾਜੂਆਣੇ ਨੇ ਕੀ ਕਿਹਾ ਵੀ ਭਾਈ ਅਕਾਲ ਤਖਤ ਸਾਹਿਬ ਦੇ ਮੂਹਰੇ ਸੁਖਵੀਰ ਸਿੰਘ ਬਾਦਲ, ਮਜੀਠੀਆ, ਹਰਸਿਮਰਤ ਅਤੇ ਧਾਮੀ ਸਾਹਿਬ ਜਾ ਕੇ ਮਾਫ਼ੀ ਮੰਗੋ ਅਕਾਲ ਤਖ਼ਤ ਸਾਹਿਬ ਦੇ 5 ਤਰੀਕ ਤੋਂ ਪਹਿਲਾਂ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਤੁਸੀਂ 5 ਤਰੀਕ ਤੋਂ ਪਹਿਲਾਂ ਮਾਫ਼ੀ ਮੰਗ ਲਓਗੇ, ਮੈਂ ਭੁੱਖ ਹੜਤਾਲ 'ਤੇ ਨਹੀਂ ਬੈਠੂੰਗਾ। ਇਹ ਆਪਦੀ ਜਾਨ ਬਚਾਉਣ ਲਈ ਇਹ ਗਮਰਾਹ ਕਰ ਰਹੇ ਆ। ਜਿਹੜੀ ਚਿੱਠੀ ਤੁਸੀਂ ਦਿਖਾਓ ਆਪਣੇ ਚੈਨਲ 'ਤੇ, ਉਹਨਾਂ ਦੀ ਆਖਰੀ ਚਿੱਠੀ ਆ ਜਿਹੜੀ ਉਹਨਾਂ ਦੇ ਮੂੰਹ ਬੋਲੀ ਭੈਣ ਨੇ ਦਿਖਾਈ ਆ, ਉਹ 'ਚ ਇਹ ਲਿਖਿਆ ਉਹਨਾਂ ਨੇ ਵੀ ਭਾਈ ਜਿਹੜੇ ਤੁਸੀਂ ਅਕਾਲੀ ਦਲ ਅਤੇ SGPC ਦੇ ਸਾਰੇ ਮੈਨੂੰ ਅੱਜ ਤੱਕ ਗਮਰਾਹ ਕਰਦੇ ਰਹੇ ਵੀ ਤੁਹਾਡੀ ਫਾਂਸੀ ਮਾਫ਼ ਕਰਾਵਾਂਗੇ, ਤੁਸੀਂ ਨਹੀਂ ਕਰਾਈ। ਕਿਉਂ? ਕਿਉਂਕਿ ਜਿਹੜੇ ਦਸਖਤ ਹੋਣੇ ਸੀ ਨਾ, ਇੱਧਰ ਸਮਝੋ, ਜਿਹੜੇ ਇਹ 26 ਲੱਖ ਦਸਖਤਾਂ ਦੀ ਕੀ ਲੋੜ ਸੀ? ਕਿਉਂਕਿ 10 ਸਾਲ ਪ੍ਰਕਾਸ਼ ਸਿੰਘ ਬਾਦਲ ਆਪ ਮੁੱਖ ਮੰਤਰੀ ਰਹੇ, ਉਹ 'ਚ ਕਾਨੂੰਨ ਅਤੇ ਆਪਣਾ ਜਿਹੜਾ ਜੇਲ੍ਹਾਂ ਜਾਂ ਕੀ ਕਹਿੰਦੇ ਆ ਇਹਨੂੰ ਆਪਣਾ ਹੋਮ ਮਿਨਿਸਟਰੀ, ਉਹ ਸਾਰੀ ਰਹੀ ਆ ਸੁਖਵੀਰ ਸਿੰਘ ਬਾਦਲ ਕੋਲ। ਉਸ ਕੈਬਨਿਟ ਦੇ ਵਿੱਚ ਹੀ ਮਜੀਠੀਆ ਸਾਹਿਬ ਮੰਤਰੀ ਸੀ, ਉਸੇ ਕੈਬਨਿਟ ਦੇ ਵਿੱਚ ਇਹ ਦੂਜੇ ਜਿਹੜੇ ਨਾਲ ਗਏ ਨੇ ਆਪਣੇ ਅੰਮ੍ਰਿਤਸਰ ਵਾਲੇ ਬਲਟੋਆ ਸਾਹਿਬ, ਉਹ ਵੀ ਕੈਬਨਿਟ 'ਚ ਮੰਤਰੀ ਸੀ। ਇਹ ਜੇ ਉਸ ਵੇਲੇ ਵਿਧਾਨ ਸਭਾ 'ਚ ਜਾਂ ਆਪਣੀ ਕੈਬਨਿਟ 'ਚ ਮਤਾ ਪਾਉਂਦੇ, ਜੇ ਇਹਨਾਂ 'ਚ ਮਾੜੀ ਮੋਟੀ ਸੱਚਾਈ ਹੁੰਦੀ ਇਹਨਾਂ ਦੇ, ਤੇ 10 ਸਾਲ ਜੇ ਉੱਥੇ, ਜਿਵੇਂ ਤੁਸੀਂ ਕਹਿ ਦਿੰਦੇ ਹੋ ਰਾਜੀਵ ਗਾਂਧੀ ਦੇ ਜਿਹੜੇ, ਇੱਕ ਉਹਦਾ ਹਜੇ ਕੋਈ ਰੋਲ ਨਹੀਂ ਸੀ ਉਸ 'ਚ, ਕਾਤਲ ਨੂੰ ਛੱਡਿਆ ਇੱਕ ਲੜਕੀ ਨੂੰ, ਬਾਕੀ ਤਾਂ ਸਾਰੇ ਮਾਰੇ ਗਏ, ਉਹ ਸਟੇਟ ਗੌਰਮੈਂਟ ਨੇ ਵੀ ਮਤਾ ਪਾਇਆ, ਤੇ ਇਹ 10 ਸਾਲ ਕੀ ਕਰ ਰਹੇ ਸੀ, ਅੱਜ ਡਰਾਮੇ ਕਰ ਰਹੇ ਆ। ਉਦੋਂ ਬਾਅਦ ਹਰਸਿਮਰਤ ਕੌਰ ਬਾਦਲ, ਜਿਹੜੇ ਕਿ 7 ਸਾਲ ਲਗਾਤਾਰ ਦਿੱਲੀ ਦੀ ਕੈਬਨਿਟ 'ਚ, ਦੇਸ਼ ਦੀ ਕੈਬਨਿਟ 'ਚ ਰਹੇ, ਜਿਹਦੇ ਸਾਈਨ 'ਤੇ ਇਹ ਕੰਮ ਹੋਣਾ ਸੀ, ਤੇ ਉਹਨਾਂ ਨੇ ਉਦੋਂ ਸਾਈਨ ਕਿਉਂ ਨਹੀਂ ਕੀਤੇ? ਹੁਣ ਉਹ ਪਾਰਲੀਮੈਂਟ 'ਚ ਗੱਲ ਕਰਨ ਦੀ ਗੱਲ ਕਰਦੇ ਆ, ਜਾਂ 20 ਤਰੀਕ ਨੂੰ ਰਾਸ਼ਟਰਪਤੀ ਨੂੰ ਮਿਲਣ ਦੀ ਗੱਲ ਕਰਦੇ? ਇਹਨਾਂ ਕੋਲ ਤਾਕਤ ਸੀ ਸਾਈਨ, ਇਹਨਾਂ ਦੀ ਸਾਈਨ 'ਤੇ ਜਿੰਨੇ ਮਰਜ਼ੀ ਬੰਦੀ ਸਿੱਖ ਛੁਡਾ ਲੈਂਦੇ, ਜਿੰਨੇ ਮਰਜ਼ੀ ਇਹ ਹੋਰ ਜਿਹੜੇ ਨੇ ਗੁੰਡੇ ਛੁਡਵਾ ਲੈਂਦੇ, ਪਰ ਇਹਨਾਂ ਨੇ ਨਹੀਂ ਕੀਤੇ। ਹੁਣ ਤੁਸੀਂ ਆ ਜਾਓ, ਜੇ ਕਹੀਏ ਭੁੱਖ ਹੜਤਾਲ, ਭੁੱਖ ਹੜਤਾਲ ਕੋਈ ਨੈਨਸਲ ਮੰਡੇਲਾ ਕਰ ਰਿਹਾ, ਮਹਾਤਮਾ ਗਾਂਧੀ ਕਰ ਰਿਹਾ, ਮਾਸਟਰ ਤਾਰਾ ਸਿੰਘ ਜੀ ਕਰ ਰਹੇ ਆ, ਜਾਂ ਭਗਤ ਸਿੰਘ ਜੀ ਕਰ ਰਹੇ ਆ,
एक 17 बंदे जिन्हें चीथड़े अड़ाए आ, बच्चियां अज तड़फदे आ उन्हां दे मां बाप जिन्हां दे उन्हें बंब ना उड़ाए, ते फिर वो लोग सब तो बड़ी एस्केप जिहड़ा दुनिया च जिहड़ा नामवर हिंदुस्तान च तां कदे हो ही नहीं सी, सब तो बड़ी बड़ैल जेल चो टनल बना के भज गए, वह 100 मीटर की टनल बना के भज गए, फिर बंब चला गोलियां चला उन्होंने खातर ये बचाने नूं फिरदे। हुण तीजी गल ते आ जाओ, मिलन क्यों नहीं दित्ते? चलो उस सरकार दा मैनूं नहीं पता भी वह कि उत्थे दे जेलर ने कहा जां की कहा। हुण मैनूं दसो, एक अंदर सब तो वड्डा क्रिमिनल बैठा है राजवाणा, मजीठिया साहब सब तो वध जिहड़े सब तो वड्डा जिन्हां ते केस ड्रग्स का चलता, जिहड़े आप 6 महीने जेल च रहे ने उस जेल च, ते एक ड्रग तस्कर नूं एक मौत दे सौदागर नूं किवें मिलन दे देण, जो मैनू समझ आउंदी आ। दूजे पासे नाल वलटोआ साहब आ जिहड़े अकाल तख्त साहब सानू पता उदो संत भिंडरांवाले जिहड़े सीगे उन्हां दे कोलों हथ खड़े करके बाहर आ गए सी, ते किन्ने उदों बाद उह जेलां च रहे। ये दोनों बंदे जिन्हां ते एडे खतरनाक आप ने, एक सब तो वड्डा ड्रग कार्टल दा माफिया चलाउंदा है, उन्हूं राजवाले नूं अंदर मिलन लई ये की पता अंदर कोई जेल अड़ाउण दी गल स्कीम बना लैण, कोई अंदर जाके उहदे नाल जेल सुरंग बनाउण दी गल कर लैण, कोई ड्रग बेचण दी कोई स्कीम बना लैण, ते बाद च विच कौण जिम्मेवार होएगा जे कल नूं आके कोई बंब विस्फोट हो जाण, कोई ऐसी स्कीम बन जाए तो फिर सरकार ज कोई भी हो जिम्मेवारी बनू कि नहीं बनूगी। इस करके ये खतरनाक बंद खतरनाक बंद मिलन नहीं दिता जा सकता। हाँ एस जी पी सी प्रधान से उन्होंने इलैक्टिड बंदे उन्होंने दो दिन पहला मिल के गए ने, तो इस करके उतों गमराह कर रहे डरा रहे। वो राजवाणा अग मैनू ये दसो वो भुख हड़ताल नाल आम बंदे नूं की फर्क पैंदा जी, किसे नूं उहदे नाल की लैणा देणा किसे दा? एक क्रिमिनल बंदे तो जिहड़ा आ के बाहर लोकां नूं खतरा आए, दूजी गल उहदी फांसी इन्हां ने धक्के नाल रका के रखी, तीजी गल मैं अखीरली कर दिंदा बई राजवाणा थोनू पता राजवाणे तो पहला एक बंदी सिखां दे ऐं कई मोर्चे थोनू पता पैसे लैण देण लई बणाउंदे आ, एक बजुर्ग साडे इलाके दा उह पता नहीं 10 साल 12 साल वो डीएमसी च हॉस्पिटल च पए रहे बंदी सिखां नूं छुड़ाउण लई, ते डीएमसी च करोड़ां रुपया उन्हां दा बिल बन गया करोड़ां रुपया, आराम नाल पै जांदे सी भी मैं भुख हड़ताल दे आ, उधर ग्लूकोस ला दिंदे सी, होर कैल्शियम दीआं दवाईआं इंजैक्शन लगदे रहिंदे सी, ते देसी घिओ दी जिहड़ी उह उन्हां दे नाल जिहड़े चेले सी, क्योंकि चेले भी बड़े हुंदे आ, उह चेले देसी घिओ दी मालिश पिन्नियां ते करी जांदे सी, डौलियां ते करी जांदे सी, पिन्नियां थले थेलियां ते हत्थां ते जां पैरां ते करी जांदे सी, उहदे नाल देसी घिओ नाल होर ताकत मिलदी सी। ते राजवाणा अंदर जे बहि भी जांदा ते किहने देखणा जेल च भुख हड़ताल, उह तां कह रिहा ना जे अंदर उह बहि भी जाऊ ते उत्थे हस्पताल जा के उहदे ग्लूकोस ला देणगे, उत्थे इंजैक्शन जिहड़े टीके ताकत दे होर दे देणगे, उहदे नाल होर फिट हो जाऊगा, होर उत्थे देसी घिओ दे मालिश कर जाण करन वाले मजीठी आरगे बथेरे बैठे करी जाणगे। इस करके इह गल्लां लोकां नूं इह बेवकूफ ना बनाओ, लोग समझ चुके ने थोनू, तुसी टीवी च आउण लई रोज मीडिया दे विच आउण लई इह तमाशा तुसी रोज करदे हो, ते इह जदों तुहाडे हत्थ ताकत सी लोकां नूं पता नहीं गा यार भी तुसी मुख्यमंत्री भी तुसी केंद्र च भी तुहाडी तुसी मंत्री, तुसी क्यों ना उदों साइन कीते जदों तुहाडे साइनां नाल सब कुछ हुंदा सी, हुण एवें मखौल उड़ाउंदे फिरदे हो अपना, ते अगलिआं नूं पता है भी इक क्रिमिनल नूं दूजे क्रिमिनल नाल किसे कानून दे राहीं नहीं मिलाया जा सकदा, इहनां नूं तां बाहर नहीं इकट्ठे होण दिंदे, जे 4-5 गैंग वाले होण ना बाहर इन्हां नूं इजाजत नहीं हुंदी, इह तां 10 नंबरीए आ, इहनां नूं तां थाणे च इजाजत लैणी पैंदी आ, किते बाहर जाण लई भी पासपोर्ट जां जाण ही नहीं दिंदे, ते जेल च जाण इहनां नूं मिलण दे देणगे, इह बहुत कोई खास ने। मगर एक सवाल ये भी कि 20 तारीख अभी ज्यादा दूर नहीं है और इस तरीके से घोषणा की गई है कि तमाम लोग राष्ट्रपति भवन के बाहर बैठेंगे और किसान भी इसमें साथ देते हुए नजर आ रहे हैं। देखो ये तुसी बड़ी वड्डी गल कही, किसान ना 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 तुसी ये इन्हां ने SGPC ने अपील कीती आ, आप दे कोल कुछ है नहीं, आप दे पल्ले तो कुछ रहा नहीं, हुण जो ना बंदा ना बंदे दी जात ते ना केडर आ, ते हुण इन्हां नूं पता भी किसान यूनियन उन्हां दे नाल जे कहांगे उन्हां नूं किसे तरीके नाल गमराह करके उन्हां दे नाल इत्थे कट हो जाऊगा। ते मैं जिन्ने भी किसान यूनियन आ सत्कारयोग जिन्ने भी होर लोकां दी ये गल करदे उह सारे अमन पसंद ने, अमन चाहुंदे आ, ते जे कोई भी एक देश दे दुश्मन नाल जिन्हें देश दे
ਇੱਕ ਚੀਫ ਮਿਨਿਸਟਰ ਨੂੰ, ਸਿਟਿੰਗ ਚੇਅਰ ਚੀਫ ਮਿਨਿਸਟਰ ਨੂੰ, ਅਤੇ ਸਾਰੇ ਹੀ ਜਿੰਨੀਆਂ ਜਥੇਬੰਦੀਆਂ ਮੇਰੇ ਨਾਲ ਕੋਈ ਕਿਸੇ ਦੀ ਨਾਨ ਹੋਵੇ ਜਾਂ ਹੋਵੇ। ਮੈਂ ਤਾਂ ਆਪ ਇੱਕ ਸਾਲ ਇਹ ਕੋਈ ਆਇਆ ਸੀ ਕਿਸਾਨ ਜਥਿਆਂ ਦੇ ਬੰਦਿਆਂ ਦੇ ਹੱਕ ਚ? ਇਹ ਆਏ ਸੀ ਉਦੋਂ? ਇਹ ਕਿੱਥੇ ਸੀ ਉਦੋਂ ਜਿਹੜਾ ਹੁਣ ਕਿਸਾਨ ਜਥੇਬੰਦੀਆਂ ਦਾ ਇਹ ਸਾਥ ਭਾਲਦੇ ਆ? ਇਹ ਕਿੱਥੇ ਸੀ ਉਦੋਂ ਜਦੋਂ ਅਸੀਂ ਇੱਕ ਇੱਕ ਸਾਲ ਲੋਕ ਇੱਥੇ ਫੁੱਟਪਾਥ ਤੇ ਤੁਹਾਡੇ ਮੂਹਰੇ ਬੈਠੇ ਰਹੇ ਹਾਂ? ਕਿਸਾਨ ਜਥੇਬੰਦੀਆਂ ਜਾਂ ਹੋਰ ਸੰਤ ਮਹਾਂਪੁਰਸ਼ ਬਾਬੇ ਨੇ, ਉਹਨਾਂ ਨੇ ਸਾਰੇ ਹਾਲਾਤ ਦੇਖੇ ਹੋਏ ਆ। ਉਹ ਪਿੰਡਾਂ ਚ ਰਹਿਣ ਵਾਲੇ ਆ, ਉਹਨਾਂ ਨੂੰ ਪਤਾ ਉਸ ਵੇਲੇ ਟੈਰਰਿਜ਼ਮ ਅੱਤਵਾਦ ਵੇਲੇ ਪਿੰਡਾਂ ਚ ਕੀ ਹਾਲਾਤ ਸੀ। ਉਹ ਕੋਈ ਇਹਨਾਂ ਦਾ ਸਾਥ ਨਹੀਂ ਦਊਗਾ। ਜੇ ਕੋਈ ਆਪਣੇ ਦੇਸ਼ ਦੇ ਕੋਈ ਪੰਜਾਬ ਦੀ ਗੱਲ ਕਰੂਗਾ, ਪੰਜਾਬੀਆਂ ਦੀ ਗੱਲ ਕਰੂਗਾ, ਉਹ ਕੋਈ ਵੀ ਉਹ ਜਾਣਦੇ ਆ ਸ਼ਹੀਦ ਆਦਮਸਾਰ ਬੇਅੰਤ ਸਿੰਘ ਦੀ ਕੁਰਬਾਨੀ ਨੂੰ, 30,000 ਲੋਕਾਂ ਦੀ ਕੁਰਬਾਨੀ ਨੂੰ ਉਹ ਜਾਣਦੇ ਆ। ਇੱਕ ਜਿਹੜਾ ਸਭ ਤੋਂ ਵੱਡਾ ਕਾਤਲ ਜਿਹਨੂੰ ਸਜ਼ਾ ਨਹੀਂ ਮਿਲੀ ਜੇਲ੍ਹ 'ਚ, ਕਾਨੂੰਨ ਦੇ ਉਲਟ ਆ ਕੇ ਉਹ ਇਹਨਾਂ ਦੀ ਮਦਦ ਕਰਨਗੇ? ਆਪਕੋ ਲਗਤਾ ਕਿ ਫਾਂਸੀ ਕੀ ਸਜ਼ਾ ਮਾਫ ਹੋਗੀ ਯੇ ਸਭ ਕਰਨੇ ਸੇ? ਨਹੀਂ, ਫਾਂਸੀ ਦੇਖੋ ਜੀ, ਉਹ ਤਾਂ ਕਾਨੂੰਨ ਆ ਦੇਸ਼ ਦਾ, ਮੇਰੇ ਕਹੇ ਤੇ, ਇਹਨਾਂ ਦੇ ਕਹੇ ਤੇ। ਇਹਨਾਂ ਨੇ ਫਾਂਸੀ, ਜੇ ਮੈਂ ਕਹਿਣਾ ਯਾਰ ਫਾਂਸੀ, ਉਹ ਤਾਂ ਹੁਣ ਇਸ ਹਾਲਾਤ 'ਚ ਨੇ ਰਾਜਵਾਣਾ, ਉਹ ਤਾਂ ਕਹਿ ਰਹੇ ਆ ਵੀ ਮੈਨੂੰ ਫਾਂਸੀ ਹੋ ਜਾਵੇ, ਕਿਉਂਕਿ ਜੇ ਫਾਂਸੀ ਨਹੀਂ ਹੁੰਦੀ ਉਮਰ ਕੈਦ 'ਚ ਤਬਦੀਲ ਹੋ ਜਾਂਦਾ, ਫਿਰ ਉਹ ਵੀ ਉਹ ਸਾਰੀ ਉਮਰ ਉਸੇ ਚੱਕੀ 'ਚ ਰਹਿਣਾ ਹੈ। ਤੁਸੀਂ ਸਮਝੇ ਨਾ ਗੱਲ, ਇਹਨਾਂ ਦੀ ਤਾਂ ਇੰਨੀ ਓ ਡਿਮਾਂਡ ਹੈ ਨਾ ਵੀ ਉਹਦੀ ਫਾਂਸੀ ਤੋਂ ਉਹਨੂੰ ਉਮਰ ਕੈਦ ਹੋ ਜੇ। ਇਹ ਤਾਂ ਹੋਰ ਤੜਫਾਉਣਾ ਚਾਹੁੰਦੇ ਆ ਉਹਨੂੰ ਉਮਰ ਕੈਦ 'ਚ, ਮਤਲਬ ਉਮਰ ਕੈਦ ਉਹ ਨਹੀਂ ਗੀ, ਇਹ ਹਵਾਰੇ 'ਤੇ ਇਹਨਾਂ ਦੀ ਉਮਰ ਕੈਦ ਟਿਲ ਡੈਥ ਲਿਖੀ ਹੋਈ ਆ ਹਵਾਰੇ ਦੀ ਵੀ। ਜੇ ਇਹਨਾਂ ਨੂੰ ਵੀ ਕੋਈ, ਜੇ ਕੋਈ ਰਾਸ਼ਟਰਪਤੀ ਕੱਲ੍ਹ ਨੂੰ ਲਿਖਦਾ ਵੀ ਆ, ਉਹ ਵੀ ਕਾਨੂੰਨ ਟਿਲ ਡੈਥ ਆ, ਅਤੇ ਬੈਠੇ ਬੈਠੇ ਅੰਦਰ ਹੋਰ ਤੜਫਣਗੇ। ਇਸ ਕਰਕੇ ਇਹ ਤਾਂ ਕਾਨੂੰਨ ਆ, ਇਹ ਕਾਨੂੰਨ 'ਚ ਨਾ ਮੈਂ ਕਿਸੇ ਦਾ ਕੋਈ ਰੋਲ ਆ, ਨਾ ਇਹਨਾਂ ਦਾ ਰੋਲ ਆ, ਇਹ ਤਾਂ ਸਿਰਫ ਆਪਣੀਆਂ ਵੋਟਾਂ ਲਈ ਰਾਜਨੀਤੀ ਕਰਦੇ ਆ, ਹੋਰ ਕੋਈ ਦੇਖਿਆ? ਸਿਰਫ ਬਾਦਲ ਪਰਿਵਾਰ ਜਦੋਂ ਇਹਨਾਂ ਕੋਲ ਰਾਜ ਸੀ ਉਦੋਂ ਇਹਨਾਂ ਨੇ ਗੱਲ ਕਿਸੇ ਨਹੀਂ ਕਰਨੀ, ਜਦੋਂ ਇਹ ਓਪੋਜੀਸ਼ਨ 'ਚ ਹੋ ਜਾਂਦੇ ਆ ਫਿਰ ਇਹ ਇਸ ਗੱਲ ਨੂੰ ਮੁੱਦਾ ਬਣਾਉਂਦੇ ਆ। ਇਹ ਗੱਲ ਮੁੱਦਾ ਨਹੀਂ ਬਣਨਾ ਇਹਨਾਂ ਤੋਂ, 20 ਨੂੰ ਕਰ ਲੈਣ, 30 ਨੂੰ ਕਰ ਲੈਣ, ਇਹ ਐ ਕ੍ਰਿਮੀਨਲ ਬੰਦੇ ਇਕੱਠੇ ਹੋਏ ਨੇ, ਅਤੇ ਕ੍ਰਿਮੀਨਲਾਂ ਨੂੰ ਕ੍ਰਿਮੀਨਲ ਦੀ ਉਹ ਫਿਕਰ ਰਹਿੰਦਾ ਹੈ, ਹੋਰ ਤਾਂ ਕੋਈ ਕੰਮ ਦਾ ਇਹਨਾਂ ਨੂੰ ਫਿਕਰ ਹੈ ਨਹੀਂ ਗਾ। ਸਾਂਸਦ ਰਵਨੀਤ ਬਿੱਟੂ ਜਿਹਨੂੰ ਤਮਾਮ ਮੁੱਦੇ ਪਰ ਨਿਊਜ਼ 18 ਕੇ ਸਾਥ ਖਾਸ ਬਾਤਚੀਤ ਕੀ। ਨਈ ਦਿੱਲੀ ਸੇ ਕੈਮਰਾਮੈਨ ਮਰਮੁਨ ਕੇ ਸਾਥ ਮੈਂ ਰਵੀ ਮਿਸ਼ਰਾ, ਨਿਊਜ਼ 18।